ਕਾਲ ਦੋਸਤੋ ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਇਸ ਵੇਲੇ ਦੀ ਵੱਡੀ ਖਬਰ। ਕੁੜੀ ਵੱਲੋਂ ਬੁਲਾ ਕੇ ਚਾਰ ਭੈਣਾਂ ਤੇ ਇਕਲੌਤੇ ਭਰਾ ਤੇ ਕਰਵਾਏ ਕਤਲ ਵਿੱਚ ਵੱਡੀ ਕਾਰਵਾਈ। ਕੁੜੀ ਦੇ ਪਿਓ ਤੇ ਚਾਚੇ ਦੇ 302 ਦੀ ਧਾਰਾ ਲੱਗੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਸਕੇ। ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ 17 ਸਾਲ ਦੇ ਮੁੰਡੇ ਦੀ ਹੈ, ਜਿਸ ਵਜ੍ਹਾ ਕਰਕੇ ਅੱਜ ਉਹ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਅਤੇ ਦੋਸਤੋ, ਜੇਕਰ ਦੇਖਿਆ ਜਾਵੇ ਤਾਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਇਸ ਲਈ ਕਸੂਰ ਜਿੰਨਾ ਮੁੰਡੇ ਦਾ ਹੈ ਉਨਾ ਹੀ ਕੁੜੀ ਦਾ। ਪਰ ਜਿਵੇਂ ਹੀ ਮੁੰਡਾ ਕੁੜੀ ਦੇ ਘਰ ਪਹੁੰਚਦਾ ਹੈ ਤਾਂ ਕੁੜੀ ਦੇ ਭਰਾਵਾਂ ਦੇ ਵੱਲੋਂ ਉਸ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਹੈ ਅਤੇ ਖੇਤਾਂ ਵਿੱਚ ਸੁੱਟ ਦਿੱਤਾ ਜਾਂਦਾ। ਇਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅੱਗ ਵਾਂਗ ਫੈਲ ਰਹੀ ਹੈ। ਯੂਪੀ ਦਾ ਰਹਿਣ ਵਾਲਾ ਇਹ ਨੌਜਵਾਨ, ਜਿਸ ਦੀ ਉਮਰ 17 ਸਾਲ ਸੀ, ਉਸ ਦੇ ਸਿਰ 'ਤੇ ਉਸ ਦਾ ਪਿਓ ਵੀ ਨਹੀਂ ਸੀ ਅਤੇ ਇਹ ਬੱਚਾ ਵੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਸੀ। ਉਸ ਦੀ ਉਮਰ ਅਜੇ ਕੁਝ ਨਹੀਂ ਸੀ, ਨਿੱਕੀ ਉਮਰ ਸੀ। ਜਾਂ ਫਿਰ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਚਾਹੀਦਾ ਸੀ ਕਿ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਵਾਉਂਦੇ ਅਤੇ ਕੁੜੀ ਦੀ ਅਤੇ ਮੁੰਡੇ ਮਰਨ ਵਾਲੇ ਦੀ ਵੀਡੀਓ ਆਡੀਓ ਵਾਇਰਲ ਹੁੰਦੀ ਹੈ, ਜਿਸ ਵਿੱਚ ਕੁੜੀ ਸ਼ਰੇਆਮ ਦੱਸਦੀ ਹੈ ਕਿ ਉਸ ਦੇ ਆਸ਼ਿਕ ਨੂੰ ਉਸ ਦੇ ਭਰਾਵਾਂ ਨੇ ਫੜ ਲਿਆ ਹੈ ਅਤੇ ਤੁਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਇਹ ਆਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਜੇ ਤੱਕ ਤੁਸੀਂ ਇਹ ਆਡੀਓ ਨਹੀਂ ਸੁਣੀ ਤਾਂ ਸਾਡੇ ਚੈਨਲ 'ਤੇ ਜਾ ਕੇ ਦੂਜੀ ਵੀਡੀਓ ਵਿੱਚ ਆਡੀਓ